ਸਵਾਗਤ ਆ ਦੋਸਤੋ ਆਜ਼ਾਦ ਡੇਅਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਮੋਬਾਈਲ ਨੰਬਰ 9780202-0513। ਅੱਜ ਦੀ ਵੀਡੀਓ ਦੋਸਤੋ ਪਿੰਡ ਸੂਰਪੁਰੀ ਤਹਿਸੀਲ ਨੂੰ ਜੈਤੋ ਪੈਂਦੀ ਆ, ਜ਼ਿਲ੍ਹਾ ਦੋਸਤੋ ਫਰੀਦਕੋਟ ਰਹਿੰਦਾ। ਇਹਦੇ ਆਸ ਪਾਸ ਦੇ ਪਿੰਡ ਦੀ ਗੱਲ ਕਰੀਏ ਜਿਵੇਂ ਮੱਲਣ ਵੀ ਨੇੜੇ ਰਹਿੰਦਾ, ਮੜਾਕ ਹੋ ਗਿਆ ਅਤੇ ਕਾਸਮ ਪੱਟੀ, ਰੋੜੀ ਕਪੂਰਾ ਆਸੇ ਪਾਸੇ ਦੇ ਪਿੰਡ ਆ। ਅੱਜ ਦੀ ਵੀਡੀਓ ਵਿੱਚ ਇੱਕ ਨਾਗ ਆ ਜਿਹੜਾ ਆਪਾਂ ਸਾਹਮਣੇ ਸਕਰੀਨ 'ਤੇ ਦੇਖ ਰਹੇ ਹੋ। ਪਹਿਲਾ ਸੂਆ ਸੁਣਦੀ ਆ ਨੀਲੀ ਰਾਵੀ 'ਚ ਪੈਂਦੀ, ਦੇਖ ਸਕਦੇ ਨੀਲੀ ਰਾਵੀ ਘਰੇਲੂ ਜਾਨਵਰ ਆ, ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਗਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਕਰਾਂਗੇ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਲੱਗਦਾ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਸਾਡੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚੀ, ਅਤੇ ਫੇਸਬੁੱਕ 'ਤੇ ਦੇਖਣ ਵਾਲੇ ਫੇਸਬੁੱਕ 'ਤੇ ਫੋਲੋ ਕਰ ਲਓ। ਡਿਟੇਲ ਆਪਾਂ ਜ਼ਿਆਦਾ ਬਾਈ ਤੋਂ ਲੈ ਲੈਂਦੇ ਹਾਂ। ਆ ਜਾਓ ਜੀ, ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਸੁਭਾ ਸਿੰਘ ਨਾਮ ਜੀ, ਸੁਭਾ ਸਿੰਘ। ਠੀਕ ਹੈ ਜੀ। ਪਿੰਡ ਕਾਸਮ ਪੱਟੀ, ਪਿੰਡ ਸੂਰਪੁਰੀ ਜੀ, ਸੀਰਪੁਰ ਸੂਰਪੁਰੀ ਜਿਹੜੀ ਜੈਤੋ, ਤਹਿਸੀਲ ਜੈਤੋ, ਜ਼ਿਲ੍ਹਾ ਫਰੀਦਕੋਟ, ਜ਼ਿਲ੍ਹਾ ਫਰੀਦਕੋਟ ਜੀ। ਠੀਕ ਹੈ ਜੀ। ਮੋਬਾਈਲ ਨੰਬਰ ਬੋਲ ਦਿਓ ਜੀ। 9855534515 ਜੀ। ਇੱਕ ਵਾਰੀ ਹੋਰ ਬੋਲ ਦਿਓ ਜੀ। 9855534515। ਠੀਕ ਹੈ ਜੀ। ਨੰਬਰ ਦੋਸਤੋ ਬਾਈ ਦਾ ਸਕਰੀਨ 'ਤੇ ਚੱਲਦਾ ਰਹੂਗਾ ਥੱਲੇ ਪਾਸੇ, ਅਤੇ ਜਿਹੜੀ ਆਪਾਂ ਸਾਹਮਣੇ ਝੋਟੀ ਦੇਖ ਰਹੇ ਹਾਂ ਜੀ, ਇਹ ਆਪਣੀ ਘਰ ਦੀ ਝੋਟੀ ਆ। ਹਾਂਜੀ, ਆਪਣੇ ਘਰ ਦੀ ਝੋਟੀ ਜਿਹੜੀ ਸਾਹਮਣੇ ਦੇਖ ਰਹੇ ਹਾਂ। ਨਹੀਂ, ਮੋਲੋ ਲਈ ਆ। ਅੱਛਾ, ਮੋਲੋ ਲਈ ਸੀ, ਨਿੱਕੀ ਹੁੰਦੀ ਕੱਟੀ ਲਈ ਸੀਗੀ? ਹਾਂ, ਕੱਟੀ ਲਈ। ਠੀਕ ਹੈ ਦੋਸਤੋ, ਕੱਟੀ ਲਈ ਸੀ, ਜਿਵੇਂ ਆਫ ਕੈਮਰਾ ਵੀ ਗੱਲ ਹੋਈ ਸੀ, ਕੱਟੀ ਲੈ ਕੇ ਪਾਲੀ ਆ। ਤੇ ਹੁਣ ਇਹ ਪਹਿਲਾ ਸੂਆ ਸੁਣਦੀ ਆ? ਹਾਂ, ਪਹਿਲਾ ਸੂਆ ਸੀ। ਠੀਕ ਹੈ ਜੀ। ਕਿੰਨੇ ਕੁ ਦਿਨ ਲੈ ਜੂਗੀ? ਲੈ ਜੂਗੀ 5-4 ਦਿਨ। 5-4 ਦਿਨ ਲੈ ਜੂਗੀ। ਠੀਕ ਹੈ ਜੀ। ਕੋਈ ਰਿਕਾਰਡ ਰਿਕੂਰਡ ਪਤਾ ਜੀ ਕਿਹੜੇ ਰਿਕਾਰਡ ਦੀ ਕਿ ਨਹੀਂ? ਹਾਂ, ਲੀਲੀ ਰਾਵੀ। ਅੱਛਾ, ਨੀਲੀ ਰਾਵੀ ਆ, ਲੀਲੀ ਰਾਵੀ। ਠੀਕ ਹੈ ਜੀ। ਊਂ ਪਤਾ ਵੀ ਕਿਹੜੇ ਸੀਮਨ ਰਿਕਾਰਡ ਦੀ ਜਮਾਂ ਦਾ ਦੁੱਧ ਕੀ ਸੀਗਾ ਕਿ ਨਹੀਂ ਪਤਾ? ਮਾਂ ਹਿਰਦ ਦਾ ਦੁੱਧ ਚੰਗਾ ਦਾ ਸੀ। ਠੀਕ ਹੈ ਜੀ। ਊਂ ਆਪਾਂ ਨੂੰ ਪਤਾ ਨਹੀਂ, ਉਹ ਚੰਗਾ ਦੱਸਦੇ ਸੀਗੇ। ਤੇ ਤੋਰ ਕੇ ਦਿਖਾ ਦਿਓ ਜੀ ਦੋਸਤੋ। ਪਹਿਲਾ ਸੂਆ ਸੁਣਦੀ ਆ, 4-5 ਦਿਨ ਲੈ ਜਾਂਦੀ, 4-5 ਦਿਨਾਂ ਦੀ ਕੱਚੀ ਆ, ਉਸ ਹਿਸਾਬ ਨਾਲ ਜੱਜਮੈਂਟ ਕਰਿਓ। ਬਾਕੀ ਹਵਾਨਾ ਤਿਆਰ ਕਰਦੇ, ਹਵਾਨਾ ਤੁਹਾਨੂੰ ਦਿਖਾ ਦਾਂਗੇ ਵੀ ਤੁਸੀਂ ਕਿੰਨਾ ਕੁ ਦੁੱਧ ਤੋਂ ਲੈ ਸਕਦੇ ਹੋ। ਨੀਲੀ ਰਾਵੀ ਆ ਪਹਿਲਾ ਸੂਆ, ਜੇ ਸਾਨੂੰ ਫੇਸ ਕੁਆਲਿਟੀ ਚੈੱਕ ਕਰ ਲਓ, ਸਿੰਗਾਂ ਦੀ ਬਣਾਵਟ ਵੀ ਸੋਹਣੀ ਆ, ਬਾਕੀ ਕਰੈਕਟਰ ਵੀ ਸਾਰੇ ਪੂਰੇ ਆ। ਸੁਭਾਅ ਸੁਭੂ ਕਿਵੇਂ ਜੀ ਇਹਦਾ? ਸੁਭਾਅ ਠੰਡਾ ਸੀਗਾ? ਹਾਂ, ਵਧੀਆ ਸੀਗਾ, ਬਹੁਤ ਵਧੀਆ। ਠੀਕ ਆ ਜੀ। ਥਣਾਂ ਦੀ ਓਕੇ ਆ? ਥਣਾਂ ਵੱਲੋਂ ਸਾਫ਼ ਸੁਥਰੀ ਆ ਜੀ? ਹਾਂ, ਸਹੀ ਹੈ। ਦੋਸਤੋ ਪੈਟ ਪੂਰਾ ਚੈੱਕ ਕਰ ਲਓ, ਥਣਾਂ ਵੀ ਸਾਫ਼ ਸੁਥਰੀ ਆ, ਸਾਰੇ ਕਾਸੇ ਬਹੁਤ ਵਧੀਆ। ਠੀਕ ਆ, ਸਹੀ ਹੈ ਜੀ। ਹਾਂ, ਕੋਈ ਭਾਈ ਵੀ ਨਹੀਂ ਨਸਦੀ ਨਹੀਂ। ਲਓ ਜੀ, ਨੀਲੀ ਰਾਵੀ ਦਾ ਸੁਭਾਅ ਦੋਸਤੋ ਸ਼ਾਂਤੀ ਹੁੰਦਾ ਜੀ, ਹਿਸਾਬ ਨਾਲ ਤੌਰ ਤੇ ਸਫਾਈ ਲੱਗਦੇ ਹੋ, ਕੋਈ ਭੱਜ ਨੱਕ ਨਹੀਂ ਕਰਦੀ ਗੀ, ਠੰਡੇ ਸੁਭਾਅ ਦੀ ਮਾਲਕ ਆ। ਬਾਕੀ ਥਣਾਂ ਦੇ ਸਾਈਜ਼ ਵੀ ਸੋਹਣੇ, 4 ਹੀ ਥਣ, ਕੋਈ ਫੋਟ ਸ਼ੰਗ ਨਹੀਂ। ਕੱਦ ਕੱਡ ਦੋਸਤੋ ਤੁਹਾਡੇ ਸਾਹਮਣੇ ਆ, ਫੇਸ ਕੁਆਲਿਟੀ ਵੀ ਚੈੱਕ ਕਰ ਲਓ, ਸਿੰਗਾਂ ਦੀ ਬਣਾਵਟ ਵੀ ਦਿਖਾ ਦਾਂਗੇ। ਹਵਾਨਾ ਜਿਹੜਾ ਹਜੇ ਤਿਆਰ ਕਰਦੀ ਆਉਂਦੀ, 4-5 ਦਿਨਾਂ ਦੀ ਕੱਚੀ ਆ, ਕਈ ਜਾਨਵਰ ਮੌਕੇ ਤੇ ਤਿਆਰ ਕਰਦੇ ਆ, ਹਵਾਨੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰਿਓ ਵੀ 4-5 ਦਿਨ ਲੈ ਜਾਂਦੀ ਆ। ਬਾਕੀ ਹਵਾਨੇ ਦੀ ਧਾਕੇ ਵੀ ਅੱਗੇ ਨੂੰ ਦੱਸਦੀ ਹੋਣੀ, ਥਣਾਂ ਦੇ ਸਹਿ ਸੋਹਣੇ, ਮੁੱਠੀ ਵਾਲੇ ਥਣ, ਪੂਰੀ ਸੀਰ ਆ, ਵਧੀਆ ਹੈ ਜੀ। ਠੀਕ ਹੈ ਜੀ, ਸਹੀ ਆ। ਹਵਾਨਾ ਦੋਸਤੋ ਨੇੜੇ ਤੋਂ ਦਿਖਾ ਦਿੰਦੇ ਤਾਂ ਕਿ ਤੁਹਾਨੂੰ ਅੰਦਾਜ਼ਾ ਹੋ ਜਾਵੇ ਕਿੰਨਾ ਕੁ ਦੁੱਧ ਤੁਸੀਂ ਇੱਥੋਂ ਲੈ ਸਕਦੇ। ਇੱਧਰਲੀ ਸਾਈਡ ਨੂੰ ਵੀ ਦਿਖਾ ਦਿੰਦੇ ਆ ਸਾਰੇ ਐਂਗਲਾਂ ਨੂੰ ਤਾਂ ਕਿ ਤੁਹਾਨੂੰ ਜੱਜਮੈਂਟ ਹੋ ਜੇ। ਲਓ ਜੀ, 4 ਹੀ ਥਣ, ਕੋਈ ਫੋਟ ਸ਼ੰਗ ਨਹੀਂ। ਲਓ ਜੀ, ਸੀਲ ਸਾਊ ਦਾ ਤਾਂ ਦੋਸਤੋ ਅੰਤ ਹੀ ਕੋਈ ਨਹੀਂ ਗਾ, ਮੁੱਲ ਦੀ ਗੱਲਬਾਤ ਵੀ ਆਪਾਂ ਬਾਈ ਨਾਲ ਕਰ ਲੈਂਦੇ। ਫੇਸ ਕੁਆਲਿਟੀ ਚੈੱਕ ਕਰ ਲਓ, ਸੀਲ ਹੈ। ਲਓ ਜੀ, ਉਹ ਤਾਂ ਸੀਲ ਸਾਊ ਬਾਕੀ ਪਸ਼ੂ ਪੂਰਾ ਹੈਗਾ, ਲੱਤ ਨਹੀਂ ਪੜਦੀ ਜਿੱਥੇ ਖੜਾ ਹੁੰਦਾ। ਪਹਿਲੇ ਸੂਆ ਦੇ ਹਿਸਾਬ ਨਾਲ ਜਾਨਵਰ ਸੀਲ ਹੀ ਚਾਹੀਦਾ ਹੈਗਾ। ਇਹਦਾ ਮੁੱਲ ਫਿਰ ਕੀ ਰਹਿਣ ਵਾਲਾ ਜੀ? ਹਾਂਜੀ, ਮੁੱਲ ਕੀ ਰਹਿਣ ਵਾਲਾ ਜੀ? ਫੋਨ ਤੇ ਕਰਨਾ ਮੁੱਲ? ਮੁੱਲ ਫੋਨ ਤੇ ਕਰਨਾ। ਠੀਕ ਹੈ ਜੀ। ਹਾਂਜੀ, ਮੁੱਲ ਜਾਇਜ਼ ਹੀ ਕਰੋਗੇ?
ਠੀਕ ਹੈ ਜੀ। ਤੇ ਮੁੱਲ ਜਿਹੜਾ ਫੋਨ ਤੇ ਕਰੋਗੇ ਫਿਕਸ ਤਾਂ ਨਹੀਂ ਹੋਣਾ, ਮਾਨ ਤਾਨ ਹੋ ਜਾਊਗਾ? ਮਾਨ ਤਾਨ ਹੋ ਜਾਊਗਾ। ਠੀਕ ਹੈ, ਸਹੀ ਹੈ ਦੋਸਤੋ। ਮੁੱਲ ਬਾਈ ਨੇ ਫੋਨ ਤੇ ਕੀਤਾ ਕਿਉਂਕਿ ਮਾਲਕ ਵੀਰ ਦੀ ਡਿਮਾਂਡ ਆ ਮੁੱਲ ਫੋਨ ਤੇ ਕਰਨਾ, ਕਿਉਂਕਿ ਅਗਲੇ ਦੀ ਚੀਜ਼ ਅਗਲੇ ਨੇ ਸਾਂਭੀ ਹੈ। ਬਾਕੀ ਮੁੱਲ ਜਿਹੜਾ ਹੋਊਗਾ ਉਹਦੇ 'ਚ ਮਾਨ ਤਾਨ ਤੁਹਾਡਾ ਹੋ ਜਾਊਗਾ। ਮੁੱਲ ਕੋਈ ਵੀ ਫਿਕਸ ਨਹੀਂ ਹੋਣਾ, ਹੁਣ ਸੌਦਾ ਤੁਸੀਂ ਲਾਉਣਾ ਹੈਗਾ। ਪਹਿਲਾਂ ਸੂਆ ਸੁਣਦੀ ਆ, ਥਣਾਂ ਦੀ ਬਣਾਉਟ ਤੁਹਾਨੂੰ ਇੱਕ ਵਾਰੀ ਫੇਰ ਦਿਖਾਉਂਦੇ। ਕੈਮਰਾ ਆਪਾਂ ਕਲੋਜ਼ ਕਰ ਦਿੱਤਾਂਗੇ, ਤੁਹਾਨੂੰ ਅੰਦਾਜ਼ਾ ਹੋ ਜਾਏ ਸੀਲ ਸਾਊ ਜਾਨਵਰ ਦਾ। 4-5 ਦਿਨਾਂ ਦੀ ਕੱਚੀ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਵੀ ਕਿੰਨਾ ਕੁ ਦੁੱਧ ਤੁਸੀਂ ਇਹ ਤੋਂ ਲੈ ਸਕਦੇ। ਪੈਠ ਬੜਾ ਤੁਹਾਨੂੰ ਦਿਖਾਤਾ, ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈਗਾ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਵੀਡੀਓ ਦੇਖਣ ਲਈ ਧੰਨਵਾਦ ਦੋਸਤੋ।